जल थल
ਚੌਂਦੇ ਸੀ ਵਰਸਦਾ ਹਜ਼ਾਰ
हर हर बरसन हार, जल हर बरसन हार, पूनम पूनम आया, पूनम पूनम आया, बरसे लाए झड़ी जल बरसे लाए झड़ी बिजलिया चमकन सावन आया केसरी ਜਵਾਬ ਜਿਹੜੇ ਮਨੁੱਖ ਨੂੰ ਤਸੱਲੀ ਕਰਾਉਂਦੇ ਨੇ, ਬਸ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਤਸੱਲੀ ਦਾ ਸਾਡਾ ਇਹੋ ਸਾਧਨ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮਨੁੱਖੀ ਦੁਖਾਂਤ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਸਿੱਧ ਗੋਸ਼ਟ ਕੀ ਹੈ, ਸਵਾਲਾਂ ਦੇ ਜਵਾਬ, ਜਿਹੜਾ ਜਿਹਦੇ ਕੋਲ ਸਵਾਲ ਕੋਈ ਨਾ ਰਹੇ ਸਮਝੋ ਉਸ ਸੁਣ ਅਵਸਥਾ ਵਿੱਚ ਲੈ ਗਏ। ਅੱਜ ਦੇ ਇਸ ਸ਼ਬਦ ਨਾਲ ਸੰਬੰਧਿਤ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਸ਼ਬਦ ਹੈ ਤੇਰਾ ਵਾਸ ਹੈ
ਜਦੋਂ ਮੈਂ ਸੁਣਨਾ ਤੂੰ ਜਲ ਮੰਗ ਰਿਹਾ ਪ੍ਰਯੋਗ ਪ੍ਰਯੋਗ ਕਰ ਰਿਹਾ ਤੇ ਇਹ ਵੀ ਆਖ ਰਿਹਾ ਹੈ ਜਲ ਹੀ ਮੇਰਾ ਜੀਵਨ ਹੈ ਬਿਨਾਂ ਜਲ ਤੋਂ ਮੇਰੇ ਪ੍ਰਾਣ ਨਿਕਲ ਜਾਣਗੇ ਹੇ ਮੇਰੇ ਮਾਲਕ ਜੇ ਮੇਰੇ ਤੇ ਤਰਸ ਕਰੇ ਤੇ ਮੈਨੂੰ ਜਲ ਦੇ ਦੇ ਤੜਪ ਨਾਲ ਫਰਿਆਦਾਂ ਕਰ ਰਿਹਾ
ਕਦੀ ਤੂੰ ਸਮਝਿਆ ਵੀ ਤੇਰੀ ਪਿਆਸ ਕੀ ਹੈ? ਜੇ ਆ ਪਾਣੀ ਤੇਰੀ ਪਿਆਸ ਹੁੰਦੀ ਤੇ ਹੁਣ ਤੇ ਸਾਵਣ ਦਾ ਮਹੀਨਾ ਹੈ। ਵੇਖ ਹਰ ਪਾਸੇ ਬੱਦਲ ਘਣੇ ਛਾਏ ਹੋਏ ਨੇ, ਹਰ ਪਾਸੇ ਮੇਘ ਬਰਸ ਰਿਹਾ ਹੈ, ਮੋਹਰੇ ਧਾਰ ਬਾਰਿਸ਼ ਪੈ ਰਹੀ ਹੈ, ਧਰਤੀ ਜਲ ਥਲ ਹੋ ਗਈ ਹੈ ਤੇ ਤੂੰ ਰਹਿੰਦਾ ਵੀ ਜਲ ਵਿੱਚ ਹੈ, ਜਲ ਵਿੱਚ ਹੀ ਤੂੰ ਫਿਰ ਰਿਹਾ ਹੈ। ਫਿਰ ਤੂੰ ਜਲ ਮੰਗ ਰਿਹਾ, ਇਹਦਾ ਮਤਲਬ ਕਿ ਜਲ ਨੂੰ ਤੂੰ ਜਾਣਦਾ ਨੇ। ਗੁਰਬਾਣੀ ਹਰ ਗੱਲ ਦੀ ਛੋਟੇ ਛੋਟੇ ਲਫ਼ਜ਼ ਜਿਹੜੇ ਅਸੀਂ ਸਾਂਝੇ ਕਰਕੇ ਜੋ ਸੋਚਦੇ ਹਾਂ ਕਹਿੰਦੇ ਪਿਆਸ ਤੇ ਨਹੀਂ ਪਤਾ ਲੱਗਾ। ਜੇ ਇਹ ਪਾਣੀ ਤੇਰੀ ਪਿਆਸ ਦਾ ਕੇਂਦਰ ਹੁੰਦਾ ਤੇ ਫਿਰ ਬੜਾ ਬਾਰਿਸ਼ ਪੈ ਰਹੀ ਹੈ, ਹਰ ਪਾਸੇ ਜਲ ਥਲ ਹੋ ਰਿਹਾ ਹੈ, ਪਾਣੀ ਵਿੱਚ ਹੀ ਵਸ ਰਹੇ ਹੈ, ਪਾਣੀ ਵਿੱਚ ਹੀ ਫਿਰ ਰਹੇ ਹੈ, ਫਿਰ ਤੈਨੂੰ ਪਾਣੀ ਪਾਣੀ ਕਿਉਂ ਦੀ ਕੀ ਲੋੜ ਸੀ? ਮੈਂ ਤੇਰੇ ਕੋਲ ਪੁੱਛਣਾ, ਤੂੰ ਨਹੀਂ ਜਾਣਦਾ ਤੇਰੇ ਅੰਦਰ ਦੀ ਪਿਆਸ ਕੀ ਹੈ? ਠੀਕ ਹੈ, ਪਿਆਸ ਤੇਰੀ ਨਹੀਂ ਮਿਟ ਰਹੀ, ਪਿਆਸ ਤੇਰੀ ਨਹੀਂ ਮਿਟ ਰਹੀ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਇਹਦੇ ਕੋਈ ਦੋ ਰਾਇ ਨਹੀਂ ਵੀ ਤੂੰ ਪਾਣੀ ਵਿੱਚ ਰਹਿਣਾ, ਪਾਣੀ ਵਿੱਚ ਫਿਰ ਰਹੇ ਅਗਲੇ ਪਾਸੇ ਲਫ਼ਜ਼ ਨੇ ਸੁਵਰਸਦਾ
ਜਲ ਥਲ ਚੋ ਜਿਸ ਵਰਸ ਦਾ ਖਾਲੀ ਕੋਈ ਥਾਂ ਨਾ ਹੈ, ਕੋਈ ਥਾਂ ਖਾਲੀ ਨਹੀਂ, ਹਰ ਪਾਸੇ ਵਰਸ਼ਾ ਹੋਈ, ਬੱਦਲ ਉਮੜ ਕੇ ਆਏ ਹੋਏ, ਕਾਲੀਆਂ ਘਟਾ ਛਾਈਆਂ ਨੇ, ਬਿਜਲੀਆਂ ਚਮਕ ਰਹੀਆਂ, ਕੀ ਕਾਰਨ ਹੈ ਤੂੰ ਅਜੇ ਵੀ ਪਾਣੀ ਪਾਣੀ ਭੁੱਖ ਭੁੱਖ ਰਿਹਾ ਹੈ? ਅਗਲੇ ਲਫ਼ਜ਼ ਇੱਕ ਤਰਕ ਨੇ, ਇੱਕ ਮਿਹਨਤ ਨੇ, ਇੱਕ ਉਲਾਂਭਾ ਨੇ, ਇੱਕ ਹਨੂਰਾ ਨੇ, ਲਫ਼ਜ਼ ਕੀ ਨੇ? ਇਹ ਜਲ ਵਰਸਦਾ ਇੱਕ ਮਰ, ਜੇ ਇਹਨੇ ਜਲ ਵਰਸਦੇ ਆ ਹਰ ਪਾਸੇ ਮੋਹਰੇ ਧਾਰ ਬਾਰਿਸ਼ ਪੈਂਦੇ ਆ, ਦਰਿਆਵਾਂ ਕੰਢੇ ਦਰਿਆ ਕੰਢੇ ਤੋੜ ਰਹੇ, ਇੰਨੀ ਬਾਰਿਸ਼ ਦੇ ਤੇ ਪਾਣੀ ਦੇ ਹੁੰਦੇ ਆ ਵੀ ਜੇ ਕੋਈ ਤਿਰਖ ਮਰੇ ਪਿਆਸਾ ਹੀ ਮਰ ਜਾਏ, ਤਿਰਖ ਮਰੇ ਤੋਂ ਭਾਵ ਪਿਆਸਾ, ਜੇ ਇੰਨਾ ਪਾਣੀ ਹੁੰਦੇ ਆ ਹੋਏ ਤਿਰਖ ਮਰੇ ਪਿਆਸਾ ਹੀ ਮਰ ਜਾਏ, ਤੇ ਗੁਰੂ ਕਹਿੰਦਾ ਫਿਰ ਮੈਂ ਸਮਝਣਾ ਉਹ ਭਾਗਹੀਣ ਹੈ, ਲਓ ਕਿਹੜਾ ਹਲੂ ਹੈ, ਉਹ ਭਾਗਹੀਣ ਹੈ, ਕਰਮਾ ਮਾਰਿਆ ਇੰਨਾ ਪਾਣੀ ਵਸ ਰਿਹਾ ਹੋਵੇ ਤੇ ਫਿਰ ਵੀ ਤਿਰਖਾ ਮਰੇ ਪਿਆਸਾ ਮਰੇ, ਇੱਥੇ ਜਲ ਬਰਸ ਗਏ ਤਿੱਖ ਮਰੇ, ਭਾਗ ਤੇ ਨਾ ਤੇ ਮਾਰੇ, ਹੁਣ ਇੱਥੇ ਜ਼ਰਾ ਰੁਕਣਾ ਚਾਹੀਦਾ, ਅਸਮਾਨ ਤੋਂ ਬਾਰਿਸ਼ ਪੈਂਦੀ ਹੈ, ਮੋਹਰੇ ਧਾਰ ਬਾਰਿਸ਼ ਪੈਂਦੀ ਹਰ ਥਾਵੇਂ, ਬਿਨਾਂ ਕਿਸੇ ਵਿਤਕਰੇ ਪੈਂਦੀ ਕਿ ਇਸ ਕਿਸਾਨ ਦੇ ਖੇਤ ਨੂੰ ਸਿੰਜਣਾ, ਇਸ ਕਿਸਾਨ ਦੇ ਖੇਤ ਨੂੰ ਨਹੀਂ ਸਿੰਜਣਾ, ਉਹ ਜਾਤ ਨਹੀਂ ਵੇਖਦੀ, ਉਹ ਆਪਣਾ ਵਿਗੜਨਾ ਨਹੀਂ ਵੇਖਦੀ, ਬੱਦਲ ਮੇਘ ਸਾਂਝ ਦਾ ਪ੍ਰਤੀਕ ਹੈ, ਉਹ ਕਿਸੇ ਇੱਕ ਥਾਵੇਂ ਜਾ ਕੇ ਦੂਜੀ ਥਾਵੇਂ ਜਾਣ ਲੱਗਿਆ ਨਹੀਂ ਪੁੱਛਦਾ ਇਹ ਹੁਣ ਕਿੰਦਾ ਖੇਤ ਆ ਗਿਆ, ਪਰ ਕੀ ਜੇ ਸਾਰਿਆਂ ਖੇਤਾਂ ਤੇ ਬਾਰਿਸ਼ ਪੈ ਜਾਏ, ਮੰਨ ਲਓ ਗੁਰੂ ਕਹਿੰਦੇ ਨੇ ਭਲਾ ਸਾਰੇ ਖੇਤਾਂ ਵਿੱਚ ਬਾਰਿਸ਼ ਪੈ ਜਾਏ, ਪਾਣੀ ਦੀ ਲੋੜ ਹੈ, ਬਾਲਕ ਨੇ ਭੇਜ ਵੀ ਦਿੱਤਾ, ਬਦਲਾ ਗਏ ਕਿਸਾਨ ਉਡੀਕਦਾ ਸੀ, ਹਾਲਾਂਕਿ ਗੁਰੂ ਨੇ ਇੱਕ ਆਵਾਜ਼ ਦਿੱਤੀ ਸੀ, ਕਿਹਾ ਉੱਠ ਉੱਠ ਦੇਖੋ ਵਪੜੇ ਇਸ ਮੇਘੇ ਹੱਥ ਕਿਸਨਾ ਹੈ, ਉਹ ਕਿਸਾਨ ਕੀ ਬਾਰ ਬਾਰ ਅਸਮਾਨ ਵੱਲ ਦੇਖ ਕੇ ਖੁਸ਼ ਪਿਆ ਹੁੰਦਾ ਵੀ ਬਾਰਿਸ਼ ਦੇ ਦਿਨ ਬਣ ਰਹੇ ਨੇ, ਬਸ ਬੱਦਲ ਆ ਗਏ ਹੁਣੇ ਵਸਣਗੇ ਮੇਰਾ ਖੇਤ ਸਿੱਝਿਆ ਜਾਏਗਾ, ਕਹਿਣ ਲੱਗੇ
ਉਹ ਇਹਨਾਂ ਬੱਦਲਾਂ ਵੱਲ ਵੇਖਣ ਵਾਲੇ ਆ, ਕਦੀ ਬੱਦਲਾਂ ਨੂੰ ਭੇਜਣ ਵਾਲੇ ਵੱਲ ਵੇਖ ਲੈ ਲੋ, ਆਪੇ ਥੋੜੋ ਆਏ ਨੇ ਗੁਰਮਨ। ਕਿਆ ਉਠ ਉੱਠ ਦੇਖੋ ਬੱਪੜੇ, ਇਸ ਮੇਘ ਦੇ ਹੱਥ ਕਿਛ ਨਾ ਹੈ, ਜਿਨ ਇਹ ਮੇਘ ਪਠਾਇਆ, ਜਿਨੇ ਬੱਦਲ ਭੇਜੇ ਨੇ, ਜਿਨੇ ਬੱਦਲ ਭੇਜੇ ਨੇ। ਗੁਰਬਾਣੀ ਵਿੱਚੋਂ ਪੜ੍ਹਦੇ, ਗੁਰਬਾਣੀ ਵਿੱਚ ਬਾਰ ਬਾਰ ਸੁਣਾ ਕਿ ਬਬੀਹਾ ਪੁਕਾਰ ਕਰਦਾ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਤਾਂ ਫੁਰਮਾਨ ਹੁੰਦਾ ਹੈ, ਮੇਘ ਆਪੇ ਨਹੀਂ ਆਉਂਦਾ, ਉਹ ਤਾਂ ਹੁਕਮ ਪਿਆ ਬਣਦਾ। ਮੇਘੇ ਨੂੰ ਫੁਰਮਾਨ ਹੋਆ, ਬਰਸੋ ਕਿਰਪਾ ਧਾਰਿਆ, ਤੇ ਉਹ ਭੇਜਿਆ ਭੇਜਿਆ ਉਸ ਮਾਲਕ ਦਾ ਜਿਹਦੇ ਮਨ ਵਿੱਚ ਕੋਈ ਵਿਤਕਰਾ ਨਹੀਂ। ਤੂੰ ਸਭਨਾ ਸਾਹਿਬ ਏਕ ਹੈ, ਸਾਰਿਆਂ ਨੀ ਭੇਜਦਾ, ਸਭ ਜਾਟਕ ਤੂੰ ਇੱਕੋ ਦਾਤਾ, ਉਹਦੀ ਰਹਿਮਤ ਵੀ ਸਾਰੇ ਸੰਸਾਰ ਲਈ, ਉਹਦੀ ਸਿਰਜਣਾ ਵੀ ਸਾਰੇ ਸੰਸਾਰ ਲਈ। ਪਰ ਕੀ ਕਾਰਨ ਹੈ, ਇੱਥੇ ਇੱਕ ਸਵਾਲ ਹੈ, ਕੀ ਕਾਰਨ ਹੈ ਸੰਸਾਰ ਅੰਦਰ ਫਿਕਰ, ਫਿਰ ਵੀ ਭੁੱਖ ਮਰੀ ਬੜੀ ਹੈ, ਫਿਰ ਵੀ ਗਰੀਬੀ ਹੈ, ਸਾਰਿਆਂ ਦਾ ਖੇਤ ਹਰਾ ਭਰਾ ਨਹੀਂ ਹੁੰਦਾ, ਕੀ ਕਾਰਨ। ਇੱਕ ਐਗਜ਼ਾਮਪਲ ਦਿੰਦੇ ਹਨ ਗੁਰੂ ਨੇ ਬਾਣੀ ਵਿੱਚ ਲਫ਼ਜ਼ ਵਰਤੇ ਨੇ, ਕਹਿੰਦੇ ਭਾਂਡੇ ਕੱਚ ਨਾ ਸਮਾਵੇ ਸਿੱਧੇ ਅੰਮ੍ਰਿਤ ਭਰੇ ਨਿਹਾਰ। ਇਹ ਤਾਂ ਤੇਰਾ ਕੰਮ ਹੈ, ਰਹਿਮਤ ਸਾਰਿਆਂ ਲਈ ਹੈ, ਸਾਵਣ ਸਾਰਿਆਂ ਲਈ ਹੈ, ਬੱਦਲਾਂ ਦਾ ਬਾਰਿਸ਼ ਦਾ ਜਲ ਥਲ ਹੋ ਜਾਣਾ ਸਾਰਿਆਂ ਲਈ, ਪਰ ਸੰਭਾਲ ਤੇਰੀ ਹੈ। ਆ ਇੱਕ ਮਕਸਦ, ਬੜਾ ਖੂਬਸੂਰਤ ਇੱਕ ਥਾਂ ਤੇ ਉਦਾਹਰਣ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਰਿਸ਼ ਦੇ ਸੰਬੰਧ ਵਿੱਚ ਐਗਜ਼ਾਮਪਲ ਦਿੱਤੇ ਨੇ, ਤੇ ਬੜੀ ਧਿਆਨ ਯੋਗ ਉਦਾਹਰਣ ਹੈ। ਕਹਿੰਦੇ ਨੇ ਬੰਨੇ
ਖੇਤ ਉੱਚਾ ਨਾ ਹੋਵੇ। ਜੇ ਖੇਤ ਉੱਚਾ ਹੋਏਗਾ ਤਾਂ ਫਿਰ ਉਹ ਟਿੱਬਾ ਬਣ ਜਾਏਗਾ, ਟਿੱਬੇ ਤੇ ਪਾਣੀ ਪਾਣੀ ਨਹੀਂ ਖਲੋਂਦਾ। ਖੇਤ ਨੀਵਾਂ ਹੋ ਗਏ ਪਰ ਉਹਦੀਆਂ ਮਿਆਲਾਂ ਬਣਨੇ ਉਹ ਉੱਚੇ ਹੋ। ਖੇਤ ਨੇ ਐਗਜ਼ਾਮਪਲ ਦੇ ਰਹੇ ਨੇ, ਖੇਤ ਦੀ ਬਣਨੇ ਵੱਟਾਂ ਉੱਚੀਆਂ। ਜਦੋਂ ਬਾਰਿਸ਼ ਪੈਣ ਵਾਲੀ ਹੋਵੇ ਨਾ, ਕਿਸਾਨ ਨੂੰ ਫਿਕਰ ਹੁੰਦਾ ਹੈ, ਉਹ ਜਾ ਕੇ ਵੇਖਦਾ ਹੈ ਕਿਤੋਂ ਮਿਆਲ ਵੱਟ ਬਣਨੇ ਨੀਵੇਂ ਟੱਠੇ ਹੋਏ ਤਾਂ ਨਹੀਂ, ਕਿਤੇ ਆਏ ਆਸਾਨ ਨਾ ਹੋਵੇ, ਪਾਣੀ ਖਲੋਵੇ ਹੀ ਨਾ। ਮਿਆਲਾਂ ਉੱਚੀਆਂ, ਇੱਕ ਮਿਆਲਾਂ ਉੱਚੀਆਂ ਚਾਹੀਦੀਆਂ ਨੇ, ਇੱਕ ਘਰ ਉੱਚਾ ਚਾਹੀਦਾ ਹੈ। ਘਰ ਨੀਵੀਂ ਥਾਂ ਤੇ ਹੋਵੇ ਪਾਣੀ ਆ ਜਾਏਗਾ, ਵਸਣਾ ਔਖਾ ਹੋ ਢਹਿ ਜਾਏਗਾ। ਘਰ ਵੀ ਉੱਚੀ ਥਾਂ ਤੇ ਖੇਤ ਦੀਆਂ ਮਿਆਲਾਂ ਬਣਨੇ ਵੱਟਾਂ ਵੀ ਉੱਚੀਆਂ। ਤੇ ਜਿੰਨਾ ਘਰ ਉੱਚਾ ਹੋਵੇ ਕਿਸਾਨ ਦਾ ਤੇ ਮਿਆਲਾਂ ਵੀ ਉੱਚੀਆਂ ਹੋਣ ਖੇਤ ਦੀਆਂ, ਉਹ ਕਿਸਾਨ ਅਮੀਰ ਹੋ ਜਾਂਦਾ। ਫਸਲ ਜ਼ਿਆਦਾ ਹੁੰਦੀ, ਪਾਣੀ ਸੰਭਾਲ ਲੈਂਦਾ। ਤੇ ਕਹਿੰਦੇ ਨੇ ਫਿਰ ਉਹਦਾ ਘਰ ਸਰੈ, ਲਫ਼ਜ਼ ਘਰ ਸਰੈ, ਸਰੈ ਨੂੰ ਕਹਿੰਦੇ ਨੇ ਭਾਵ ਭਰਿਆ ਭਰਿਆ। ਪੁਰਾਣਾ ਸਰਦਾ ਪੁੱਜਦਾ ਘਰ ਹੈ, ਉਹ ਸਰਦਾ ਹੈ ਜਿਹਦੇ ਘਰ ਬਹੁਤ ਦੌਲਤ ਹੋਵੇ ਨਾ। ਤੇ ਇੱਕ ਖਿਆਲ ਕਰਿਓ, ਜਿਹਦਾ ਘਰ ਸਰਦਾ ਪੁੱਜਦਾ ਨਾ ਹੋਵੇ ਉਹ ਤੇ ਇਹੋ ਹੀ ਮੰਨਤਾ ਮੰਨਦਾ ਰਹਿੰਦਾ, ਮੇਰੇ ਘਰ ਕੋਈ ਆਵੇ ਨਾ, ਕਿਤੇ ਮਹਿਮਾਨ ਨਾ ਆ ਜਾਏ, ਕਿਤੇ ਮੁਸਾਫਰ ਨਾ ਆ ਜਾਵੇ, ਮੈਂ ਰੋਟੀ ਕਿੱਥੇ ਖੁਆਵਾਂਗਾ, ਕਿੱਥੇ ਬਿਠਾਵਾਂਗਾ, ਕਿਉਂਕਿ ਘਰ ਸਰਦਾ ਨਹੀਂ, ਗਰੀਬੀ ਹੈ। ਸਰਦਾ ਪੁੱਜਦਾ ਘਰ ਜਿਹੜਾ ਉਹਨੂੰ ਗਰੀਬ ਨਹੀਂ ਆਖਦੇ, ਗਰੀਬ ਜਿਹੜਾ ਸਰਦਾ ਪੁੱਜਦਾ ਇਹਦਾ ਮਤਲਬ ਅਮੀਰ ਘਰ ਹੈ। ਤੇ ਸਰਦਾ ਪੁੱਜਦਾ ਘਰ ਕਹਿੰਦਾ ਕੋਈ ਆਵੇ ਜੀਉ ਆਇਆ। ਸਰਦੇ ਪੁੱਜਦੇ ਘਰ ਵਿੱਚ ਆਉਣ ਵਾਲਾ ਮਹਿਮਾਨ ਵੀ ਜਿਹੜਾ ਨਾ, ਉਹਦੀ ਸੇਵਾ ਹੁੰਦੀ ਹੈ, ਸੰਭਾਲ ਹੁੰਦੀ ਹੈ, ਉਹਦੀ ਆਵ ਭਗਤ ਹੁੰਦੀ ਹੈ, ਉਹਦਾ ਸਤਿਕਾਰ ਹੁੰਦਾ, ਕਿਉਂਕਿ ਘਰ ਸਭ ਕੁਝ ਹੈ। ਹੁਣ ਇੱਥੇ ਖਿਆਲ ਦਿੱਤਾ ਨੇ, ਕਹਿੰਦੇ ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਮਿਰਨਾ, ਮਹਿਲ ਭਗਤੀ, ਘਰ ਸਾਰੇ ਭਾਵ ਕਰਮ ਖੇਤਰ ਜਿਹੜਾ ਹੈ ਉਹਦੇ ਵਿੱਚ ਨਿਮਰਤਾ ਹੋਵੇ, ਪਰ ਸੋਚ ਸ਼ਕਤੀ ਮਜ਼ਬੂਤ ਤੇ ਉੱਚੀ ਹੋਵੇ, ਮਨ ਉਹਦੇ ਵਿੱਚ ਪੈਦਾ ਹੋਈ ਹੋਈ ਸੂਰਤ ਜਿਹੜੀ ਹੈ, ਫੈਸਲੇ ਨਿਰਣੋ ਜਿਹੜੇ ਨੇ ਉਹ ਉੱਚੇ ਹੋ। ਉਹ ਘਰ ਹੈ ਮਨੁੱਖ ਦੀ ਹੁੰਦਾ ਨਿਰਣਿਆਂ ਦੇ ਸਿਰ ਤੇ, ਜਿਹਦਾ ਫੈਸਲਾ ਹੀ ਕੋਈ, ਜਿਹਦਾ ਨਿਰਣਾ ਹੀ ਕੋਈ ਨਹੀਂ, ਨੀਵੇਂ ਨਿਰਣੇ ਕਰਦਾ, ਨੀਵੇਂ ਫੈਸਲੇ ਕਰਦਾ। ਘਰ ਵਿੱਚ ਨਿਰਣੋ,
ਤੇ ਜਿਹਦੇ ਕੋਲ ਇਹੋ ਜਿਹਾ ਨਿਰਨੋ ਆ ਜਾਏ ਉਹਦਾ ਮਹਿਲ ਭਗਤੀ ਘਰ ਸਰ ਹੈ, ਉਹ ਭਗਤੀ ਦੇ ਘਰ ਨਾਲ ਸਰਦਾ ਪੁੱਜਦਾ ਹੋ ਜਾਂਦਾ, ਉਹਦੇ ਅੰਦਰ ਨਾਮ ਦੀ ਦੌਲਤ ਹੋ ਜਾਂਦੀ ਹੈ, ਘਰ ਸਰ ਹੈ ਜਿਹਦਾ ਮਨ ਨੀਵਾ ਹੋਵੇ, ਮਤ ਉੱਚੀ ਹੋਵੇ। ਐਸਾ ਮਨੁੱਖ ਇੱਥੇ ਬਸ ਨਹੀਂ ਜਿਹਦਾ ਹਿਰਦਾ ਜੀਵਨ ਜਿਹੜਾ ਹੈ ਉਹ ਘਰ ਸਰਹ ਹੋ ਜਾਏ, ਅਮੀਰ ਘਰ ਬਣ ਜਾਏ, ਉਹਦੇ ਘਰ ਦੌਲਤ ਹੋਵੇ। ਕਿਉਂਕਿ ਗੁਰੂ ਆਖਦੇ ਮਾਈ ਮੈਂ ਧਨ ਪਾਇਓ ਹਰ ਨਾਮ, ਕਹਿ ਕਬੀਰ ਨਿਰਧਨ ਹੈ ਸੋਈ ਜਾਂ ਕਹਿ ਹਿਰਦੇ ਰਾਮ ਨਾ ਹੋਈ। ਕਹਿਣ ਲੱਗੇ ਉਹ ਘਰ ਅਮੀਰ ਹੈ, ਘਰ ਸਰਹ। ਹੁਣ ਇਹੋ ਜਿਹੇ ਘਰ ਵਿੱਚ ਹੀ ਮੇਰਾ ਰੱਬ ਪ੍ਰਾਹੁਣਾ ਬਣ ਕੇ ਆਉਂਦਾ ਹੈ, ਕਹਿੰਦਾ ਹਾਂ ਮੈਨੂੰ ਸੰਭਾਲ, ਮੈਂ ਭਗਤੀ ਘਰ ਸਰੈ ਸੱਜਣ ਪਾਹੁਣੇ ਹੋ। ਮਾਲਕ ਸੱਜਣ ਤੁਸੀਂ ਘਰ ਵਿੱਚ ਆਉਂਦਾ ਜਿੱਥੇ ਕੁਝ ਹੈ, ਜਿਹਦੇ ਕੋਲ ਭਗਤੀ ਘਰ ਸਰੈ ਨਹੀਂ, ਜਿਹੜਾ ਆਪਣੇ ਜੋਗਾ ਵੀ ਨਹੀਂ, ਉਹਦੇ ਘਰ ਰੱਬ ਕਿੱਥੋਂ ਆਏਗਾ। ਤੇ ਜਦੋਂ ਘਰ ਪ੍ਰਾਹੁਣਾ ਘਰ ਮਾਲਕ ਘਰ ਸੱਜਣ ਆ ਜਾਏ, ਕਹਿੰਦੇ ਫਿਰ ਉਦੋਂ ਘਰ ਦਾ ਮਾਲਕ ਜੇ ਸਰਦਾ ਪੁੱਜਦਾ ਆਖਦਾ ਹੁਣ ਇਹ ਜਾਏ ਨਾ ਜਾਏ ਨਾ, ਤੇ ਘਰ ਆਇਆ ਹੋਇਆ ਪ੍ਰਾਹੁਣਾ ਉਨੀ ਦੇਰ ਹੀ ਨਹੀਂ ਨਾ ਜਾਂਦਾ ਜਿੰਨੀ ਦੇਰ ਬਾਹਰ ਬਾਰਿਸ਼ ਪੈਂਦੀ ਹੋਵੇ, ਆਖੀਦਾ ਭਰਿਆ ਬਾਰਿਸ਼ ਵੀ ਪੈਂਦੀ ਹੈ ਜਿੰਨਾ ਚਾਹ ਬੈਠਾ। ਮੇਰੇ ਘਰ ਵਿੱਚ ਵੀ ਸਭ ਕੁਝ ਹੈ, ਘਰ ਸਰਿਆ, ਮੈਂ ਪ੍ਰਾਹੁਣਾ ਮੇਰਾ ਮਾਲਕ ਮੇਰਾ ਸੱਜਣ ਵੀ ਮੇਰੇ ਘਰ ਆ ਗਿਆ, ਹੁਣ ਜਿੰਨਾ ਮਰਜ਼ੀ ਬਸ ਤਾਂ ਕਿ ਜਾਏ ਨਾ। ਮਹਿਲ ਭਗਤੀ ਘਰ ਸਰ ਸੱਜਣ ਪਾਹੁਣਿਆ ਬਰਸਣਾ ਤਾਂ ਬਰਸ ਘਣਾ ਬਹੁਣ ਬਰਸੇ ਬਾਰਿਸ਼ ਪਈ, ਜਲ ਥਲ ਹੋ ਗਿਆ ਚਾਰੋ ਤਰਫ, ਚਾਤ੍ਰਿਕ ਜਦੋਂ ਬਬੀਹਾ ਜਦੋਂ ਹੁਣ ਬੋਲਿਆ ਨਾ ਪ੍ਰਿਓ ਪ੍ਰਿਓ, ਤੇ ਮੈਂ ਹੈਰਾਨ ਹੋਇਆ ਕਿਉਂ ਬੋਲਣਾ ਹੈ ਬਬੀਹਾ ਨਾ ਬਿਲਾਏ ਨਾ ਤਰਸਾਏ, ਹੁਣ ਕਿਉਂ ਬੋਲਣਾ ਹੈ। ਵੇਖ ਜੇ ਐਨੀ ਗੁਰੂ ਦੀ ਬਖਸ਼ਿਸ਼ ਰੂਪੀ ਬਾਰਿਸ਼ ਪੈਂਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਰੋਜ਼ ਪਾ ਰਿਹਾ, ਅਸੀਂ ਅਜੇ ਵੀ ਪਿਆਸੇ ਹਾਂ, ਅਜੇ ਵੀ ਤ੍ਰਿਖ ਮਰਿਆ ਵਿੱਚ ਸ਼ਾਮਲ ਆ। ਕਹਿੰਦੇ ਨੇ ਮੈਂ ਤਾਂ ਇਹ ਸਮਝਣਾ ਉਹਦੇ ਭਾਗ ਹੀ ਠੀਕ ਨਹੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਇੰਨੀ ਰਹਿਮਤ ਦੀ ਬਾਰਿਸ਼ ਹੁੰਦਿਆਂ ਹੋਇਆਂ ਵੀ ਅਜੇ ਪਿਆਸਾ ਹੀ ਪਿਆਸਾ ਹੈ।
ਅਜੇ ਦਾ ਘਰ ਸਰੇ ਨਹੀਂ ਅਮੀਰ ਨਹੀਂ ਬਣਿਆ, ਅਜੇ ਦੇ ਘਰ ਸੱਜਣ ਪਾਉਣੇ ਉਹ ਨਹੀਂ ਆਇਆ। ਉਹਦਾ ਕਾਰਨ ਇਹ ਹੈ ਕਿ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਭੁੱਖਾ ਹੈ। ਗੁਰੂ ਨੇ ਆਖਿਆ ਘਰ ਹੁੰਦੇ ਰਤਨ ਪਦਾਰਥ ਭੁੱਖੇ, ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ, ਇੱਥੇ ਜਲ ਬਰਸਦੇ ਤਿੱਖ ਮਰੇ, ਸਾਵਣ ਸਾਡੇ ਲਈ ਭੇਜਿਆ ਹੈ। ਵਸ ਰਿਹਾ, ਲਗਾਤਾਰ ਵਸ ਰਿਹਾ, ਬਿਨਾਂ ਭਿੰਨ ਭੇਦ ਦੇ ਵਸ ਰਿਹਾ ਹੈ, ਪਰ ਮੁਸ਼ਕਲ ਇੱਕ ਬਣੀ ਹੈ, ਅਸੀਂ ਆਪਣੇ ਬਰਤਨ ਸਿੱਧੇ ਨਹੀਂ ਕਰ ਸਕਦੇ ਪਏ, ਅਸੀਂ ਖੇਤ ਦੀਆਂ ਮਿਆਲਾਂ ਉੱਚੀਆਂ ਨਹੀਂ ਕਰ ਸਕਦੇ ਪਏ। ਹਾਂ, ਕਈ ਵਾਰ ਤਾਂ ਐਸਾ ਹੁੰਦਾ ਹੈ ਘਰ ਨੀਵੇਂ ਰਹਿ ਜਾਂਦੇ ਨੇ, ਉਸੇ ਬਾਰਿਸ਼ ਦੇ ਪਾਣੀ ਵਿੱਚ ਡੁੱਬ ਜਾਂਦੇ ਨੇ, ਉਹਨਾਂ ਲਈ ਵੀ ਖਤਰਾ ਹੈ। ਕਹਿੰਦੇ ਨੇ ਐਸੀ ਨੀਵੀਂ ਅਵਸਥਾ ਦੇ ਲੋਕ ਨੇ ਜਿਹੜੇ ਗੁਰਮਤਿ ਦੇ ਨਾਮ ਥੱਲੇ ਵਸਦੇ ਹੋਏ ਜਲ ਵਿੱਚ ਹੰਕਾਰ ਵਿੱਚ ਹੀ ਡੁੱਬ ਗਏ ਨੇ।
ਉਹ ਕਹਿੰਦੇ ਸਾਡੇ ਵਰਗਾ ਸਿੱਖ ਹੀ ਕੋਈ ਨਹੀਂ। ਗੁਰੂ ਕਹਿੰਦਾ ਭਲਿਆ ਜੇ ਇੰਨੇ ਦਿਨ ਰਾਤ ਦੇ ਬਾਰਿਸ਼ ਪੈਂਦੇ ਆ, ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਬਾਣੀ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਜੇ ਫਿਰ ਵੀ ਅਜੇ ਪਿਆਸਾ ਭੁੱਖਾ ਮਰੇ, ਬਾਣੀ ਦੀ ਸੂਝ ਨਾ ਆਵੇ, ਤਾਂ ਫਿਰ ਭਾਗਹੀਨ ਅਖਾਏ ਅਖਵਾਏਗਾ। ਇਸ ਲਈ ਇਸ ਸਾਵਣ ਨੂੰ ਸੰਭਾਲ ਲੈ, ਸਾਵਣ ਨੂੰ ਸੰਭਾਲ ਲੈ, ਨਹੀਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਹੇ ਹੋਏ ਇੱਕ ਵਾਕ ਅਨੁਸਾਰ ਕਿ ਸਾਵਣ ਵਣ ਹਰੀਆ ਵਲੇ। ਸਾਵਣ ਦਾ ਅਰਥ ਵੀ ਕੀ ਹੈ? ਸਾਵ ਦੋ ਅੱਖਰ ਦੋ ਲਫਜ਼ ਦੇ ਵਿੱਚੋਂ ਜਨਮ ਲੈਂਦੇ ਨੇ। ਸਾਵ ਦਾ ਮਤਲਬ ਹੁੰਦਾ ਹਰਾ, ਉੱਤਰ ਦੀ ਬੋਲੀ ਵਿੱਚ ਇਹਨੂੰ ਸਾਵਾ ਰੰਗ ਕਹਿੰਦੇ ਸਨ, ਉੱਤਰ ਦੀ ਬੋਲੀ ਵਿੱਚ ਸਾਵਾ ਰੰਗ ਕਹਿੰਦੇ ਸਨ, ਹਰੇ ਨੂੰ ਸਾਵਾ ਰੰਗ ਕਹਿੰਦੇ ਨੇ। ਤੋ ਅੱਧਾ ਲਫਜ਼ ਦੂਜੇ ਪਾਸੇ ਲਾਓ ਤਾਂ ਬਣੇਗਾ ਸਾਵ, ਤੇ ਉਸੇ ਵਾਹਵੇ ਨੂੰ ਦੂਜੇ ਪਾਸੇ ਉਹਨਾਂ ਨੇ ਨਾਲ ਲਾਓ ਬਣੇਗਾ ਵਣ, ਜੰਗਲ, ਦਰਖਤ, ਬਨਸਪਤੀ। ਕਹਿਣ ਲੱਗੇ ਸਾਵਣ ਦਾ ਉਹ ਮਹੀਨਾ ਜਿਹਦੇ ਵਿੱਚ ਬਨਸਪਤੀ ਨੂੰ ਸਾਵਾ ਰੰਗ ਹਰਿਆਵਲ ਮਿਲਦੀ ਹੈ, ਬਾਰਿਸ਼ ਪੈਂਦੀ ਹੈ, ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ ਨੇ, ਘਾਹ ਸੁੱਕੇ ਹੋਏ ਵੀ ਹਰੇ ਹੋ ਜਾਂਦੇ ਨੇ। ਇਸੇ ਲਈ ਇਹਦਾ ਨਾਂ ਹੈ ਸਾਵਣ, ਬਣਨ ਸਾਵਾ ਕਰਨ ਵਾਲਾ, ਹਰਾ ਭਰਾ ਕਰਨ ਵਾਲਾ। ਪਰ ਭਾਈ ਸਾਹਿਬ ਨੇ ਇੱਕ ਥਾਂ 'ਤੇ ਬੜੀ ਸੋਹਣੀ ਤਰਕ ਦਿੱਤੀ ਅਤੇ ਕਹਿਣ ਲੱਗੇ ਕਈ ਵਾਰ ਐਸਾ ਵੀ ਹੁੰਦਾ ਸਾਵਣ ਬਣ ਹਰੀਆ ਵੱਲੇ ਸੂਕੇ ਜਿਵਾਹਾਂ। ਇੱਕ ਜਿਵਾਹਾਂ ਦਾ ਬੂਟਾ ਹੁੰਦਾ ਜਿਹੜਾ ਸਾਵਣ ਦੇ ਮਹੀਨੇ ਸੁੱਕ ਜਾਂਦਾ ਹੈ। ਬਾਰਿਸ਼ ਦਾ ਦੋਸ਼ ਨਹੀਂ, ਉਹਦੇ ਆਪਣੇ ਜੀਵਨ ਦੀ ਤਰਕੀਬ ਦਾ ਦੋਸ਼। ਗੁਰੂ ਵਸ ਰਿਹਾ, ਜੇ ਫਿਰ ਵੀ ਕੋਈ ਸੁੱਕਾ ਰਹਿ ਜਾਂਦਾ ਤਾਂ ਉਹ ਜਿਵਾਹਾਂ ਹੋ ਸਕਦਾ। ਇਹਨਾਂ ਸ਼ਬਦਾਂ ਨਾਲ ਖਿਮਾਤਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।